प्यारे बहन भाइयों अस्सलाम वालेकुम। मैं उम्मीद करता हूँ कि आप सभी बहन भाई अल्लाह ताला के फजल और करम के साथ ठीक होंगे, और हमारी दुआ है कि अल्लाह ताला हमारे सभी बहन भाई को खुश रखे, आबाद रखे और आप सदा से मुस्कुराते रहें। इस दुआ के साथ हम आज की वीडियो करते हैं शुरू। ये साड़ी वीडियो कुछ इस तरह है कि आज मैं जा रहे हैं मामू जी होना दे भाई बीजी और बच्चियाँ छोड़ मोज बेटा हिबा बेटी और हिबा बेटी छोड़ जा रहे हैं मामू जी होना दे के नाल। कुछ मैविश ने समान किया है को कपड़े वगैरह सिलाई करने वास्ते इतने लैके रखे से मैं वो सिलाई करवाई भी दे आया हूँ, वो भी लै जाने वो भी शॉप पर आसमान भी जाकर लै जाएंगे वकील आ मकसूद नगरों रबते कर लेंगे। सो हम चलते हैं, बच्चों ने भी तैयारी कर ली, भाभी जी ने भी कर ली, मैं भी तैयारी कर ली है। सो अगले जगह सीन अपने बहन भी शेयर करेंगे। चौल भी ना लग जाना है, ये चीज़ है थेले। चलो चलिए फिर। अच्छा जी बच्चे हैं, आपने तैयारी कर ली? हम लोग निकल ली है बस। और तो मेरी तैयारी तैयारी अपना किया पटो भी लाई है, कपड़े पाया था पता चले अच्छे भी तैयारी में तय कर रहा है। आज बच्चे जिद कर रहे थे कि रिबर बेटियों मूज दिन जाना अपने नानकियां दे भाई जो के जा गए सुबह भी और बच्चे छोड़े हो फिर मैं सो मैं छोड़े होना पट्टे पट्टे बाड़ी के लिए आके आया ये हूँ बस नाम दे बस ਬੈਠ ਕੇ ਤਿਆਰੀ ਕਰ ਰਹੇ ਹਾਂ ਜੋ ਬੱਚਿਆਂ ਨੇ ਕਰ ਰਹੇ ਆ ਕਿ ਮੋਇਜ ਔਰ ਦੀਪਾ ਔਰ ਹੀਰਾ ਹੀਰਾ ਦੀ ਤਿਆਰ ਨਾ ਚੋਣ ਜਾ ਰਹਾ ਹੈ ਮੈਂ ਨਾਲ ਨਾਮ ਕਰ ਦੇ ਨਾਨਿਆ ਦੇ ਮੈਂ ਹਨ ਕਰ ਦੇ ਨੇ ਛੁੱਟੀਆਂ ਹੋਈਆਂ ਨੇ ਬੱਚੇ ਕੱਟ ਤੱਕ ਦੇ ਨਹੀਂ ਪਏ ਹੈਗੇ ਕੱਚੂ ਜੀ ਪਹਿਲੀ ਦੀ ਛੁੱਟੀ ਆ ਰਹਾ ਤਿੰਨ ਲੱਖ ਛੁੱਟੀਆਂ ਚਾਰ ਪੰਜ ਛੇ ਸੱਤ ਅੱਠ ਨੌਂ ਸਵਾਰਾਂ ਦੇ ਤੇ ਸਾਡੇ ਪੇਪਰ ਆ ਸਵਾਰਾਂ ਦੇ ਪੇਪਰ ਆ ਫੇਰ ਅਸੀਂ ਆਪਣੇ ਨਾਨਿਆਂ ਦਾ ਜਿੱਡੀ ਆ ਹੋ ਵੀ ਜੂਗੀ ਫਿਰ ਤੇ ਜਾਗੇ ਸ਼ੁਕਰ ਅਲਹਮਦੁਲਿਲਾ ਮੈਨੂੰ ਰਾਦਾ ਨੂੰ ਨਾ ਯਾਦ ਕਰ ਦਿੰਦੇ ਜਾ ਹਾਂ ਨੂੰ ਆਪ ਤੈਨੂੰ ਯਾਦ ਕਰਦੀ ਹੈ ਹਾਂ ਤੈਨੂੰ ਚਿਕਾ ਆਇਆ ਕੋਈ ਨਹੀਂ ਹਾਂ ਮੈਨੂੰ ਰਾਤੀ ਹੁੰਦੀ ਹੈ ਕਿੰਨੀਆਂ ਆਈਆਂ 12 ਚਿਕਾ ਹਾਂ ਮੈਨੂੰ 13 ਅੱਛਾ ਗਿਣਤੀ ਕਰੇ ਕੀ ਇਸ ਬਲਾ ਬਾਤ ਨੂੰ ਨਹੀਂ ਦੱਸੋ ਮੈਂ ਪਰ ਮੈਂ ਕੋਣ ਬੋਲਦਾ ਸਾਥ ਕੋਣ ਬੋਲਦਾ ਦੱਸੋ ਮੈਂ ਸਾਥ ਬੋਲਦੀ ਹਾਂ मैं झूठ कौन बोल रहा मैं सच बोल दूंगा बच्चा झूठ बोले ना पक्की गल जबान काट दे झूठ बोलिए ना झूठ नहीं बोलिए चाचू मम्मी के कमरे से ओ आया अपने पापा के कमरे से आई थी 5 से ओ आया सी गया ओ 11 हैं अगर ना उठा ही फिर एक आई है झूठ बोलिए तो अल्लाह ने गुस्से हो जाना जबान बच्चे की काली हो जाए झूठ बोले तो बा गल झूठ बोले चाचू मैं झूठ बोल दी झूठ बोलिया सी ना जबान काली जबान का लाल चिट्टी जबान लाल है अगर झूठ बोलिया जबान है काली सच दस चलो तौबा कर ले झूठ बोलिए तौबा कर ले झूठ बोलिया सी दस ना सच दस फिर ਤੇਰੀ ਬਕਰਾ ਹਨ ਮੈਂ ਬੁਰੀ ਬਾਤ ਹੁੰਦੀ ਹੈ ਚਲੋ ਮੈਂ ਵੀ ਜਰਸੀ ਪਾ ਕੇ ਆਵਾਂ ਮੈਂ ਵੀ ਆਪਣੀ ਜਰਸੀ ਪਾ ਕੇ ਆਵਾਂ ਅੱਛਾ ਵੀ ਤਿਆਰੀ ਹੋ ਗਈ ਕੰਪਲੀਟ ਮੇਰੀ ਵੀ ਇਹ ਬਾ ਬਿਟਿਆ ਦੀ ਵੀ ਔਰ ਮੋਇਸ ਬੇਟੇ ਦੀ ਵੀ ਫਿਰ ਮਮਾ ਦੀ ਵੀ ਕਰੀ ਹੋ ਗਈ ਭਾਬੀ ਜੀ ਤੇਰੀ ਨਹੀਂ ਮਮਾ ਜੀ ਕੰਪਲੀਟ ਕਰੀ ਆਪਾਂ ਨੇ ਵੀ ਰੋਟੀ ਖਾ ਲੈਣੀ ਆਪਾਂ ਰੋਟੀ ਖਾ ਲੈਣੇ ਅੰਦਰ ਹਾਂਜੀ ਚਲੋ ਠੀਕ ਆ ਰੋਟੀ ਫਿਰ ਨਾਲ ਕਦੇ ਜਾ ਕੇ ਖਾਵਾਂਗੇ ਮਾਮੂ ਜੀ ਹੁਣਾਂ ਦੇ तैयारी अच्छा देखिए लकीरा के पुत्र पहुँचे आए हैं समान है इंतजार में समान आ चुके थे मैरिज का समान पूरा मैरिज में देना है कपड़े का मैरिज के फिर बच्चे गर्म बताइए चादर का दे और समान एक एक वापसी का नाम है इधर मामू जी ने सवाल लिखता है और रह गया मामू जी ने बस घर वास्ते दस मिनट इंतजार करना पे समान भी आ गए समान देखा
ਕੱਲ ਇਹ ਡਸਟਬਿਨ ਟੈਸਟ ਲੈ ਕੇ ਦਿੱਤੇ ਸੀ ਫਿਰ ਇਹ ਸਾਰੇ ਕਰਵਾਏ ਸੀ ਮੈਂ ਅੱਛਾ ਉੱਥੋਂ ਉਹ ਸਰਕਾਰੀ ਲੈਬਾਰਟਰੀ ਚੋਂ ਇਹ ਟੈਸਟ ਤਕਰੀਬਨ ਬਣਿਆ ਸੀ 900 ਤੇ 40 ਰੁਪਏ ਬਣੇ ਸੀ ਬਿੱਲ ਔਰ ਇਹਦੇ ਟੈਸਟ ਨਾਲ ਉਹਨੇ ਪਤਾ ਨਹੀਂ ਕਿੰਨੇ ਕਿਹੜੇ ਲਿਖ ਦਿੱਤੇ ਸੀ ਅਤੇ ਫਿਰ ਮੈਂ ਚੈੱਕ ਕਰਿਆ ਕਿ ਫਿਰ ਉਸਨੇ ਮੈਡੀਸਨ ਲਿਖ ਦਿੱਤੀ ਸੀ ਮੈਡੀਸਨ ਵਾਲੀ ਪਰਚੀ ਤਾਂ ਨਾਲ ਹੋਣੀ ਕਿਤੇ ਜੀ ਸਾਡੇ ਸਾਈਡ 'ਤੇ ਕਰੇ ਪਤਾ ਨਹੀਂ ਕਿਹੜੀ ਕਿਹੜੀ ਚੀਜ਼ ਲਿਖੀ ਹੋਈ ਅਲੱਗ ਬਿਹਤਰ ਜਾਣਦਾ ਹੈ ਮੈਂ ਦੱਸਿਆ ਸੀ ਨਹੀਂ ਇਸ ਤਰ੍ਹਾਂ ਮੇਰੇ ਦਰਦ ਰਹਿੰਦੀ ਆ ਫਿਰ ਨਾਲ ਉਹਨੇ ਜਿਹੜੀ ਮੈਡੀਸਨ ਮੈਂ ਸੋਰਤ ਲਈ ਨਾ ਬਾਈ ਨੇ ਦੱਸਿਆ ਕਿ ਪੱਠਿਆਂ ਦੀ ਦਵਾਈ ਵੀ ਆ ਹੱਡੀਆਂ ਦੀ ਤਾਕਤ ਦੀ ਵੀ ਆ ਅਤੇ ਪੱਠਿਆਂ ਦੀ ਤਾਕਤ ਦੀ ਵੀ ਆ ਇਹ ਦੋਨਾਂ ਚੀਜ਼ਾਂ ਦੀ ਦਵਾਈ ਆ ਇਹ ਮਸਲਾ ਹੀ ਹੈ ਹਾਂ ਜੀ ਉਹਨੇ ਕਿਤੇ ਪੱਠਿਆਂ ਦੀ ਦਵਾਈ ਨਾ ਲਿਆ ਕੇ ਦਿੱਤੀ ਹੋਈ ਆ ਕੋਈ ਕਹੇ ਡਾਕਟਰ ਕੋ ਕਹੇ ਹੱਡੀਆਂ ਪੱਠੇ ਡਿਸਕਾਂ ਦਾ ਮਸਲਾ ਨਹੀਂ ਉਹਨੇ ਕਿ ਪੱਠਿਆਂ ਦੇ ਹੱਡੀਆਂ ਦੋਨਾਂ ਦੀ ਦਵਾਈ ਆ ਹਾਂ ਉਹਨੇ ਕਿ ਖਾ ਲਓ ਤੇ ਅਲਾ ਸਿੰਘ ਕਰੇਗਾ ਸਹੀ ਅੱਛਾ ਜੀ ਕੱਲ ਦਾ ਸਮਾਨ ਲੈ ਕੇ ਆਇਆ ਸੀ ਅਮੀ ਜੀ ਵੀ ਘਰ ਪਹੁੰਚ ਆਏ ਆ ਅਮੀ ਜੀ ਨਹੀਂ ਗਏ ਸੀ ਵੀ ਮੈਂ ਅਸਲਮ ਦਾ ਪਤਾ ਕਰਨ ਮੈਂ ਬੱਚੇ ਮੇਰਾ ਨਾ ਕੋ ਬਿਲਕੁਲ ਨਹੀਂ ਅਮੀ ਅੱਛਾ ਕੀਤਾ ਮੈਂ ਕੱਲ ਆਪੀ ਦੇ ਟੈਸਟ ਕਰਾਉਣ ਗਿਆ ਪਿੱਛੇ ਮੀਂਹ ਚਲੇ ਗਏ ਸੀ ਦੜੀ ਮਿਰਚ ਵੀ ਦੇਖੋ ਕਿਤਨੀ ਪਿਆਰੀ ਕੱਲ ਲੈਣੀ ਕੋਲ ਮੈਨੂੰ ਖੂਬਸੂਰਤ ਲੱਗੀ ਮੈਂ ਦੇਖ ਤਾਂ ਕੇ ਲੈ ਲਈ ਕਲਰ ਵੀ ਬਹੁਤ ਪਿਆਰਾ ਮੈਂ ਲਿਆ ਇੱਕ ਪੈਕਟ ਦੋ ਪੈਕਟ ਸੀਗੇ ਉਹ ਜਾਨਵਰਾਂ ਨੂੰ ਦੇ ਦੇਣਾ ਸੀ ਤੁਸੀਂ ਇਸ ਤਰ੍ਹਾਂ ਕਰੋ ਨਾ ਵੀ ਪਾਣੀ ਲਗਾ ਕੇ ਰੋਟੀ ਨੀ ਵਧਦੀ ਹੁੰਦੀ ਨਾ ਉੱਥੇ ਪਾਣੀ ਲਗਾ ਕੇ ਲਗਾਈਏ ਪਾਣੀ ਗਿਰੀਆਂ ਕਰਕੇ ਫਿਰ ਇਹ ਵੀ ਠੀਕ ਆ ਗਿੱਲੇ ਕਰਕੇ ਗਿੱਲੇ ਕਰਕੇ ਘੋਟ ਲਓ ਤੇ ਰੋਟੀ ਪਾਣੀ ਲਾ ਲਾ ਰੋਕੀ ਸੁੱਕਤੀ ਤੇ ਉੱਤੇ ਨਾਲੇ ਬਲਾਤੀ ਉਹਦੀ ਉਹ ਮੇਰੀ ਆਪਣੇ ਡੰਗਰ ਵਾਦੀ ਹੋਈ ਤੁਹਾਡੇ ਡੰਗਰ ਉਹ ਵਾਦੀ ਹੋਈ ਆ ਧਾਰਾ ਮੁਸ਼ਕਿਲ ਕਰਦੇ ਦੁੱਧ ਤੇ ਉਹ ਆਉਂਦੀ ਯੈਲੋ ਕਲਰ ਆਉਂਦਾ ਆ ਅਮੀ ਸ਼ੱਕਰ ਸ਼ੱਕਰ ਵੀ ਕਿਤਨੀ ਪਿਆਰੀ ਲੈ ਕੇ ਆਵਾਂ ਕੱਲ ਹਾਂਜੀ ਬਈ ਫਿਆਲ ਨੂੰ ਲਿਆ ਚੀਨੀ ਲਿਆ ਸੀ ਤੇ ਦੂਸਰਾ ਸਭ ਧਨੀਆ ਸਾਡੇ ਚ ਆਇਆ ਪਿਆ ਅਮੀ ਉਹ ਵੀ ਨਿਕਾਲ ਲਿਓ ਹਾਂਜੀ ਕੱਲ ਉਹ ਵੀ ਲੈ ਕੇ ਆਇਆ ਸੀ ਮੈਂ ਉਹ ਇੱਥੇ ਰੱਖਿਆ ਸੀ ਲਿਆ ਕੇ ਮੈਂ ਦੋ ਸਾਹਮਣੇ ਅਮੀ ਜੀ ਸਬਜ਼ ਧਨੀਆ ਚੈੱਕ ਕਰੋ ਆਪਣਾ ਇਹ ਕੱਲ ਤਿੰਨ ਚਾਰ ਰੇੜੀਆਂ ਸੀ ਆਪਣਾ ਵੀ ਹੋ ਜਾਣਾ ਆਪਣਾ ਵੀ ਹੋ ਜਾਣਾ ਮੈਂ DAP ਲਾਈ ਸੀ ਉਹਨਾਂ ਬਹੁਤ ਸਾਰੀ ਭਾਈ ਬਹਿਣਾ ਉਹਨਾਂ ਨੇ ਪਾਲੇ ਕੋ ਨਾ ਸਬਜ਼ੀ ਨੂੰ ਮੈਂ ਨਾ ਬਹਿਣ ਕਰਨ ਪੁਜਾਈ ਸੀ ਨਾ ਤੇ ਨਾਲ ਲਾਦਾ ਮੈਂ ਛੱਟਾ ਲਗਾਇਆ ਸੀ ਨਾ ਸਬਜ਼ੀ ਨੂੰ ਮੈਂ ਥੋੜੀ ਵੱਲ ਰੱਖਾ ਤਾਂ ਪਾਤੇ ਸੀ ਭਾਈ ਤਾਂ ਆਪਣੀ ਵੱਲ ਰੱਖ ਕੇ ਸੀ ਮੈਂ ਦੇਸੀ ਲੈ ਜਾ ਦੇਸੀ ਵੀ ਹੈਗਾ ਮੁਕਾਮੀ ਉਹ ਛੋਟਾ ਛੋਟੇ ਪੱਤਾ ਬਹੁਤ ਕੱਕੜੀਆ ਸੀ ਮੈਂ ਕਿਹਾ ਮੈਂ ਲੈਣਾ ਉਹ ਮੈਂ ਕਿਹਾ ਮੈਨੂੰ ਫਾਰਮ ਹੀ ਦੇ ਮੈਂ ਕਿਹਾ ਮੈਨੂੰ ਇਹ ਪਸੰਦ ਆ ਛਾਪਰ ਚ ਕੁਛ ਵੀ ਨੀ ਹੁੰਦਾ ਛਾਪਰ ਬਹੁਤ ਅੱਛਾ ਹੁੰਦਾ ਹਾਂਜੀ ਮੋਟਰਸਾਈਕਲ ਦੇ ਸ਼ਾਇਦ ਬੰਨਣਾ ਉਦੋਂ ਜੋਬਰ ਛਾਪਰ ਪਾ ਕੇ ਬੰਨੋ ਤਾਂ ਹਵਾ ਨਾ ਪਏ ਉਦੋਂ ਪਤਾ ਦਾ ਮੁੱਲ ਜਾ ਜਾਂਦਾ ਆ ਜੋ ਹਵਾ ਪੈਂਦੀ ਆ ਅਮੀ ਕੱਲ ਇੱਕ ਮੈਂ ਮੁਰਗਾ ਲਿਆ ਕੇ ਆਇਆ ਬੜੇ ਸਾਲਾ ਬੜੇ ਵਾਲਾ ਜਿਸ ਤਰ੍ਹਾਂ ਅਸੀਂ ਕੀਤਾ ਭਾਈ ਇੱਕ ਦਿਨ ਨੀ ਆਏ ਸੀ ਬੜੇ ਵਾਲਾ ਮੁਰਗਾ ਮਹਿਮਾਨ ਆਏ ਸੀ ਜਿਹੜਾ ਮੇਰੇ ਕੋਲ ਸੀ ਪਹਿਲਾਂ ਢਾਈ ਤਿੰਨ ਕਿਲੋ ਦਾ ਮੁਰਗਾ ਸੀ ਉਹਦੇ ਨਾਲ ਤਾਂ ਕੱਲ ਲੈ ਕੇ ਆਇਆ 1 ਕਿਲੋ 400 ਗ੍ਰਾਮ ਹੋਇਆ 1400 ਰੁਪਏ ਦਾ ਮਿਲਿਆ ਖੂਬਸੂਰਤ ਅਮੀ ਲੜਦੇ ਬਹੁਤ ਲੜਦਾ ਮੁਰਗਿਆਂ ਨਾਲ ਵੀ ਛੋਟੇ ਚੋਚਿਆਂ ਨਾਲ ਵੀ ਲੜਦਾ ਸਾਰਿਆਂ ਨਾਲ ਉੱਥੇ ਤੱਕ ਉਹ ਨਾ ਇੱਕ ਬੜਾ ਸੀ ਇਹਦੇ ਨਾਲ ਮੈਂ ਉਹ ਲਿਆ ਨਹੀਂ ਸਮਾਂ 1800 ਤੋਂ ਕੁਛ ਰੁਪਏ ਦਾ ਬਣਦਾ ਸੀ ਉਹ ਇਕੱਲਾ ਹੋੜਿਆ ਸੀ ਤੇ ਸਾਰਿਆਂ ਨਾਲ ਲੜਦਾ ਆ ਤੇ ਉਹ ਪੰਜ ਛੇ ਮੁਰਗੇ ਸੀ ਨਾਲ ਉੱਥੇ ਖੁੱਡੇ ਵਿੱਚ ਸੀਗੇ ਮੈਂ ਕਿਹਾ ਚਲੋ ਇਹ ਲੈਂਦਾ ਇਹ ਲੜਦਾ ਨੀ ਹੁਣ ਇਕੱਲਾ ਬਣਿਆ ਉਹ ਲੜਦਾ ਹੁਣ ਆਇਆ ਇਕੱਲਾ ਹੋੜਿਆ ਹੋਇਆ ਉਹ ਮੈਂ ਨਹੀਂ ਲਿਆ ਫਿਰ ਮੈਂ ਇਹ ਲੈ ਲਿਆ ਮੈਂ ਕਿਹਾ ਰੁਪਏ 400 ਦਾ ਫਰਕ ਨਹੀਂ ਤੇ ਮੈਨੂੰ ਉਹ ਪਸੰਦ ਆਲਾ ਸੀ ਇਹਨਾਂ ਨਾਲ ਵੀ ਮੈਂ ਕਿਹਾ ਗਿਰੀਲਾ ਬਣਾ ਕੇ ਖਾਵਾਂਗੇ ਨਾਲ ਹਮਸਾਏ ਕਾਚੀ ਕਹਿੰਦੇ ਵੇਚਣਾ ਉਹ ਕੁੱਕੜ ਵੀ ਹੈਗਾ ਘਰ ਦਾ ਲੇਕਿਨ ਹੈਗਾ ਗੋਲਡਨ ਟੈਪ ਹੈਗਾ ਘਰ ਦਾ ਕਹਿੰਦੇ ਮੈਂ ਘਰ ਦੇ ਆਪਣੇ ਮੁਰਗਿਆਂ ਦਾ ਬੱਚਾ ਕਢਾਇਆ ਹੋਇਆ ਤੇ ਉਹ ਨਾ ਗੋਲਡਨ ਟੈਪ ਉਹ ਵੀ ਤਕਰੀਬਨ 2 ਕਿਲੋ ਦੇ ਲਗਭਗ ਆ 2 ਕਿਲੋ ਕ੍ਰਾਸ ਕਰ ਰਹੀ 2 ਕਿਲੋ ਤੋਂ ਥੱਲੇ ਕੈਪਸੂਲ ਮੈਂ ਪਾ ਰਿਹਾ ਵੀ ਕੈਪਸੂਲ ਮੈਂ ਆਹ ਲੈ ਕੇ ਆਇਆ ਉਸ ਨੇ ਮੁਰਗੇ ਨੂੰ ਪਾਇਆ ਆਹ ਕੈਪਸੂਲ ਆ ਇਸ ਤਰ੍ਹਾਂ ਮੈਂ ਮੁਰਗੇ ਦੇ ਮੂੰਹ ਦੀ ਅੰਡੇ ਖਾਇਆ ਮੈਂ ਆਂਡੇ ਦੇਣ ਤੋਂ ਸਾਨੂੰ ਕਿਸੇ ਨੂੰ ਮੁੱਲ ਲੈ ਖਾਣ ਦੀ ਲੋੜ ਕਿਹੜੀ ਸਾਰੇ ਘਰ ਚ ਨੀ ਮੁੱਕਦੀ ਜਿਵੇਂ ਮੁਰਗੀਆਂ ਰੱਖੀਆਂ ਹੋਈਆਂ ਆ ਕੱਲ ਮੈਂ ਲਗਾ ਹਮਸਾਇਆ ਕੋਲ 3 ਆਂਡੇ ਲੈ ਕੇ ਆਇਆ ਸੀ ਉਦੋਂ ਮੈਂ ਚਾਚੀ ਨੂੰ ਪੈਸੇ ਦੇ ਕੇ ਆਇਆ ਸੀ ਨਾ 3 ਕੱਲ ਲੈ ਕੇ ਆਇਆ ਪਰਸੋਂ 4 ਲੈ ਗਿਆ ਸੀ ਜਦੋਂ ਮੈਂ ਵਿਸ਼ਵਾਸ ਲੈ ਗਿਆ ਹਾਂ 4 ਇਧਰੋਂ ਤੇ 4 ਪਹਿਲੇ ਦਿਨ 5 ਲੈ ਕੇ ਆਇਆ ਸੀ 9 ਤੇ ਇੱਕ ਆਪਣੇ ਕੋਲ 10 ਹਾਂ 12-13 ਆਂਡੇ ਸੀ ਬਕੈਦ 3 ਉਹ ਅੱਗੇ ਲੰਬੜਾਂ ਦੇ ਪੈਸੇ 'ਚ ਲੈ ਕੇ ਆਏ ਸੀ 3 ਲੱਭੇ ਸੀ ਉਹ ਫ੍ਰੀ ਦੇ ਤੇ ਉਹਨਾਂ ਨੇ ਲਏ ਨਹੀਂ ਪੈਸੇ ਆਂਟੀ ਉਹਨਾਂ ਨੇ ਉਹ ਬੱਚੇ ਸੀ ਉਹਨਾਂ ਨੇ ਲਏ ਨਹੀਂ ਪੈਸੇ ਨਾ ਤੁਸੀਂ ਬੈਠਾ ਦੱਸੋ ਕਿੰਨੇ ਪੈਸੇ ਮੰਨ ਲੈਣੇ ਕਿੰਨੇ ਵੀ ਤੁਸੀਂ ਲੈ ਜਾਓ ਪੈਸੇ ਨਹੀਂ ਲੈਣੇ ਹੈਗੇ ਤੇ ਉਹ ਵੀ ਲੈ ਗਿਆ ਸੀ ਫਿਰ 12 ਕੰਮ ਬੰਨੇ ਬਣੇ ਸੀ ਮੈਂ ਵਿਸ਼ਵਾਸ ਮੈਂ ਕਿਹਾ 4 ਖਾਓ ਤਾਂ ਕਿ ਛੋਟੀ ਦਾ ਨਾ ਕੰਮ ਖਤਮ ਹੋਏ ਹਾਂਜੀ ਹਾਂਜੀ ਮੈਂ ਸਭ ਫੋਨ ਕੀਤਾ ਇੰਨੀਆਂ ਗੱਲਾਂ ਕਰੇ ਮੈਂ ਨਾ ਉਹ ਕਰਕੇ ਨਾ ਆਇਆ ਕੱਲ ਹੋਸਪਿਟਲ ਝਟਣ ਵਾਵਾ ਲੱਗ ਗਿਆ ਮੈਂ ਵੀ ਆਪਣੇ ਟੈਸਟ ਕਰਾਏ ਕਿਤੇ ਪਰਚੀ ਵੇਖਣੀ ਮੈਂ ਤੁਹਾਨੂੰ ਦਿਖਾ ਦਿੰਦਾ ਨਾਲ